ਹਾਂਜੀ ਕਿਸਾਨ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਦੋਸਤ ਸਤੀਸ਼ ਕੰਬੋਜ ਅਤੇ ਬ੍ਰਦਰ ਸਰਵਨ ਕੰਬੋਜ, ਪਿੰਡ ਨੰਗਲ ਢਾਣੀ, ਤਹਿਸੀਲ ਰਤੀਆ, ਡਿਸਟ੍ਰਿਕਟ ਫਤਿਹਾਬਾਦ, ਹਰਿਆਣੇ ਦੇ ਨਿਵਾਸੀ ਹਾਂ। ਦੋਸਤੋ, ICR ਵੱਲੋਂ ਪਿਛਲੇ ਸਾਲ ਕੁਛ ਕੁ ਨਵੀਆਂ ਵਰਾਇਟੀਆਂ ਰਿਲੀਜ਼ ਕੀਤੀਆਂ ਗਈਆਂ ਸੀਗੀਆਂ, ਜਿਹਦੇ 'ਚ HD 3385, HD 3386, 3406 ਔਰ ਕੁਛ ਕੁ ਕਿਸਾਨ ਵਿਰਲੇ ਸੀਗੇ ਜਿਹੜੇ ਇਸ ਵਰਾਇਟੀਆਂ ਦੇ ਬੀਜ ਲੈ ਕੇ ਉਹਨਾਂ ਨੇ ਬਿਜਾਈ ਕੀਤੀ। ਔਰ ਉਸ ਦੇ ਵਿੱਚ ਸੱਚਾਈ ਕਿੰਨੀ ਕੁ ਹੈ ਮੈਂ ਤੁਹਾਨੂੰ ਦੱਸ ਦਿੰਦਾ। ਕੁਛ ਕੁ 35 ਤੋਂ 36 ਕਿਸਾਨ ਸੀਗੇ ਜਿਨ੍ਹਾਂ ਨੂੰ ਸਿਰਫ 1-1 ਕਿਲੋ ਬੀਜ ਦਿੱਤਾ ਗਿਆ ਸੀਗਾ HD 3386 ਦਾ, ਔਰ ਬਾਕੀ MOU ਦੇ ਥਰੀਏ ਤਰੀਕੇ ਇਹਨਾਂ ਨਾਲ 5-5 ਕਿਲੋ ਹਰੇਕ ਫਰਮਾਂ ਨੂੰ ਜਾਂ ਕੰਪਨੀਆਂ, ਸੀਡ ਕੰਪਨੀਆਂ ਨੂੰ, ਸੀਡ ਪ੍ਰੋਡਿਊਸਰਾਂ ਨੂੰ ਇਹਨਾਂ ਦਾ ਸੀਡ ਦਿੱਤਾ ਗਿਆ ਸੀਗਾ। ਦੋਸਤੋ, ਸੱਚਾਈ ਇਸ ਗੱਲ ਦੇ ਵਿੱਚ ਹੈ ਕਿ ਪਿਛਲੀ ਵਾਰੀ ਸਿਰਫ 5-5 ਕਿਲੋ ਬੀਜ ਦਿੱਤਾ ਗਿਆ ਸੀ। 5 ਕਿਲੋ ਬੀਜ ਦੇ ਨਾਲ ਆਪਾਂ ਕਿੰਨਾ ਏਰੀਆ ਆਪਣੇ 'ਚ ਲੱਗਿਆ, ਕਿਹੜੇ ਹਿਸਾਬ 'ਤੇ ਆਪਾਂ ਬਿਜਾਈ ਕਰੀ ਹੈ। ਹਰੇਕ ਸੀਡ ਪ੍ਰੋਡਿਊਸਰ ਨੇ ਆਪਣੀ ਨਵੀਂ ਨਵੀਂ ਤਕਨੀਕੀ ਅਪਣਾ ਕੇ, ਕਿਸੇ ਨੇ ਇੱਕ ਪੁਰ ਬੰਦ ਕਰਕੇ, ਕਿਸੇ ਨੇ ਆਪਣੇ ਚੋਭੇ ਲਾ ਕੇ, ਕਿਸੇ ਨੇ ਘੱਟ ਸੀਡ ਪਾ ਕੇ ਆਪਣਾ ਬੀਜ ਹੈ ਜਿਹੜਾ ਖੇਤ ਦੇ ਵਿੱਚ ਪੈਦਾ ਕੀਤਾ। ਔਰ ਕਿਸਾਨ ਦੋਸਤੋ, ਇਸ ਵਾਰੀ ਆਪਾਂ ਨੇ ICR ਵੱਲੋਂ ਜਿਹੜਾ ਇੱਕ ਕਮਾਂਡਰ ਰਿਕਮੈਂਡੇਸ਼ਨ ਦਿੱਤੀ ਸੀਗੀ ਉਹਨਾਂ ਕੰਪਨੀਆਂ ਨੂੰ, ਉਹਨਾਂ ਸੀਡ ਪ੍ਰੋਡਿਊਸਰਾਂ ਨੂੰ ਜਿਨ੍ਹਾਂ ਨੇ ਪਿਛਲੀ ਵਾਰੀ MOU ਕਰਵਾਏ ਸੀਗੇ 5 ਕਿਲੋ ਦੇ, ਔਰ ਉਹਨਾਂ ਨੂੰ ਇੱਕ ਕੁਇੰਟਲ ਬੀਜ ਦਿੱਤਾ ਗਿਆ ਸੀਗਾ। ਔਰ ਆਪਾਂ ਨੂੰ ਵੀ ਇਹ ਬੀਜ ਇਸ ਵਾਰੀ ਦਿੱਤਾ ਗਿਆ ਬ੍ਰੀਡਰ। ਆਹ ਤੁਸੀਂ ਮੇਰੇ ਹੱਥ 'ਚ ਟੈਗ ਦੇਖ ਸਕਦੇ ਹੋ, ਆਪਾਂ ਨੂੰ ਆਹ ਬੈਗ ਮਿਲਿਆ, ਔਰ ਆਹ ਉਸਦਾ ਯੂਨੀਵਰਸਿਟੀ ਦੇ ਵੱਲੋਂ ਬਿੱਲ ਮਿਲ ਦਿੱਤੇ ਗਏ ਨੇ ਆਪਣੇ। ਆਹ 3386 ਦਾ ਬਿੱਲ ਹੈ, ਆਹ ਮੋਨੀਟਰਿੰਗ ਹੈ, ਆਹ ਉਸਦੇ ਟੈਗ ਦਿੱਤੇ ਗਏ ਨੇ। ਅਤੇ ਕਿਸਾਨ ਦੋਸਤੋ, ਮੈਂ ਤੁਹਾਨੂੰ ਦੁਬਾਰਾ ਫਿਰ ਕਹਿ ਦਿਆਂ ਕਿ ਕੁਛ ਕੁ ਵਿਰਲੇ ਕਿਸਾਨ ਹੈਗੇ ਸੀਗੇ ਜਿਸ ਨੇ ਇਹ ਆਪਣੇ MOU ਦੇ ਸਾਈਨ ਕਰਕੇ ਹੀ 3386 ਦਾ ਸੀਡ ਮਿਲਿਆ। ਹਾਲਾਂਕਿ ਕਿਸੇ ਕਿਸਾਨ ਵੀਰ ਕੋਲ ਤੁਸੀਂ ਅੱਗੇ ਤੋਂ ਬਿੱਲ ਲੈ ਬੀਜ ਲੈ ਰਹੇ ਹੋ, ਉਸਦੇ ਕੋਲੋਂ ਜਾਂ ਤਾਂ ਬ੍ਰੀਡਰ ਸੀਡ ਦਾ ਬਿੱਲ ਦੇਖੋ ਜਾਂ ਪਿਛਲਾ ਯੂਨੀਵਰਸਿਟੀ ਦਾ ਬਿੱਲ ਦੇਖੋ। ਐਵੇਂ ਨਹੀਂ ਅੱਖਾਂ ਆਪਾਂ ਅੱਖਾਂ ਬੰਦ ਕਰਕੇ ਸੀਡ ਲੈ ਲੈਣਾ। ਔਰ ਇਹ ਵਰਾਇਟੀ ਕਿੱਥੋਂ ਵਾਸਤੇ ਰਿਕਮੈਂਡੇਸ਼ਨ ਹੈ, ਕਿਹੜੀ ਏਰੀਏ ਵਾਸਤੇ ਹੈ, ਉਹ ਮੈਂ ਤੁਹਾਨੂੰ ਥੋੜ੍ਹੀ ਜਾਣਕਾਰੀ ਦੇ ਦੇਣਾ। ਕਿੰਨੇ ਦਿਨਾਂ ਵਾਸਤੇ ਹੈਗੀ ਹੈ, ਕਦੋਂ ਬਿਜਾਈ ਹੁੰਦੀ ਹੈ, ਇਸ ਦੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਔਰ ਜੋ ਕਿਸਾਨ ਵੀਰ ਪਹਿਲੀ ਵਾਰੀ ਆਪਣੀ ਵੀਡੀਓ ਦੇਖ ਰਹੇ ਨੇ ਜਾਂ ਆਪਣੇ ਫੇਸਬੁੱਕ ਯੂਟਿਊਬ 'ਤੇ ਦੇਖ ਰਹੇ ਹੋ, ਉਹ ਚੈਨਲ ਨੂੰ ਸਬਸਕ੍ਰਾਈਬ ਕਰਨ, ਲਾਈਕ ਕਰਨ, ਬਿੱਲ ਨੋਟੀਫਿਕੇਸ਼ਨ ਔਨ ਕਰਨ, ਕਿਉਂਕਿ ਤੁਹਾਡੇ ਤੱਕ ਆਉਣ ਵਾਲੀਆਂ ਜਿਹੜੀਆਂ ਨਵੀਆਂ ਵੀਡੀਓ ਨੇ ਜਾਂ ਨਵੀਆਂ ਜਾਣਕਾਰੀਆਂ ਨੇ ਖੇਤੀ ਸੰਬੰਧਿਤ, ਉਹ ਤੁਹਾਡੇ ਤੱਕ ਆਉਂਦੀਆਂ ਨਾ। ਦੋਸਤੋ, ਪੂਸ਼ਾ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ 3386 ਵਰਾਇਟੀ ਜਿਹੜੀ ਪਿਛਲੇ ਸਾਲ ਰਿਲੀਜ਼ ਕਰੀ ਗਈ ਸੀ 2023 ਦੇ ਵਿੱਚ, 2024 ਦੇ ਵਿੱਚ ਅੱਜ ਆਪਾਂ ਨੂੰ ਇਹ ਬ੍ਰੀਡਰ ਦੀ ਸੀਡ ਦਿੱਤਾ ਗਿਆ ਇਹਨਾਂ ਦੇ ਵੱਲੋਂ। ਹਾਲਾਂਕਿ 2024 ਦੇ ਵਿੱਚ MOU ਸਾਈਨ ਕੀਤੇ ਗਏ ਸੀਗੇ, ਸੀਡ 5-5 ਕਿਲੋ ਹੀ ਕੰਪਨੀਆਂ ਨੂੰ ਦਿੱਤਾ ਗਿਆ ਸੀਗਾ। ਇਸ ਦੇ ਵਿੱਚ ਟੋਟਲ ਜਿਹੜਾ ਟਾਈਮ ਡਾਇਰੈਕਸ਼ਨ ਹੈ, ਇਹ ਨੌਰਥ ਇੰਡੀਆ ਵਾਸਤੇ ਜਿਹੜੀ ਹੈਗੀ ਹੈ, ਉੱਤਰੀ ਪੱਛਮੀ ਆਪਣੇ ਏਰੀਆ ਹੈਗਾ ਉਹਦੇ ਵਾਸਤੇ ਰਿਕਮੈਂਡੇਸ਼ਨ ਹੈ, ਜਿਹਦੇ ਵਿੱਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਔਰ ਕੁਛ ਕੁ ਏਰੀਆ ਆਪਣੇ ਹਿਮਾਚਲ ਦਾ ਆ ਜਾਂਦਾ। ਇਹਦੇ ਕਰਕੇ ਜੋ ਵੀ ਕਿਸਾਨ ਵੀਰ ਇਸ ਦੀ ਖੇਤੀ ਅਪਣਾ ਰਿਹਾ ਹੈ, ਇਹਦੇ ਵਿੱਚ ਟੋਟਲ ਜਿਹੜਾ ਟਾਈਮ ਲੈਣਾ ਹੈ, ਇਹਦੇ ਉਸ ਟਾਈਮ ਹੈ ਉਹ ਹੈਗਾ ਜੀ 1 ਨਵੰਬਰ ਤੋਂ ਲੈ ਕੇ 5 ਨਵੰਬਰ ਤੱਕ ਤੁਸੀਂ ਇਹਦੀ ਬਿਜਾਈ ਕਰ ਸਕਦੇ ਹੋ। ਔਰ ਏਰੀਏ ਦੇ ਮੁਤਾਬਕ ਇਹ ਟਾਈਮ ਆਟੋਮੈਟਿਕਲੀ, ਜਿਸ ਜਿਹੜੀ ਖੇਤਰ ਦੇ ਵਿੱਚ ਝੋਨੇ ਵਾਲੀ ਫਸਲਾਂ ਹੁੰਦੀਆਂ ਨੇ ਜਾਂ ਕਿ ਪੂਸ਼ਾ 1401 ਹੋ ਗਿਆ, ਉਸ ਏਰੀਏ ਦੇ ਵਿੱਚ ਥੋੜ੍ਹਾ ਪਿੱਛੇ ਵੀ ਜਾ ਸਕਦੇ ਨੇ, ਉਹ ਇਸ ਨੂੰ ਆਪਣੇ ਟਾਈਮ ਦੇ ਅਨੁਸਾਰ ਚੇਂਜ ਕਰ ਸਕਦੇ ਨੇ। ਇਹਦਾ ਟਾਈਮ ਹੈ ਜਿਹੜਾ 145 ਦਿਨਾਂ ਤੱਕ ਹੈਗਾ, ਇਸਦੇ 125 ਤੋਂ ਲੈ ਕੇ 65 ਦਿਨ ਤੱਕ ਜਿਹੜੀ ਉਸ ਇਸਦੀ ਡਾਇਰੈਕਸ਼ਨ ਹੈਗੀ ਹੈ, ਟਾਈਮ ਡਾਇਰੈਕਸ਼ਨ 145 ਦਿਨਾਂ ਦਾ। ਯੂਨੀਵਰਸਿਟੀ ਵੱਲੋਂ ਜਿਹੜਾ ਇਸਦਾ ਸੀਡ ਉਤਪਾਦਨ ਹੈ ਜਿਹੜਾ ਕਿੰਨਾ ਝਾੜ ਦੇ ਸਕਦੀ ਇਹ,
25.6 ਕੁਇੰਟਲ ਪ੍ਰਤੀ ਹੈਕਟੇਅਰ, ਜਾਂ ਫਿਰ ਆਪਾਂ ਕਹਿ ਦਈਏ ਵੀ 1 ਕਿੱਲੇ 'ਚੋਂ 25 ਕੁਇੰਟਲ ਤੱਕ ਇਹ ਪੈਦਾਵਾਰ ਦੇ ਸਕਦੀ ਹੈ, ਔਰ ਪੋਟੈਂਸ਼ੀਅਲ ਯੀਲਡ ਹੈ ਜਿਹੜੀ ਉਹ ਆਪਾਂ 27 ਤੋਂ 28 ਕੁਇੰਟਲ ਤੱਕ ਜਾ ਸਕਦੀ ਹੈ। ਆਪਣੇ ਜੋ ਵੀ ਇਸ ਦੇ ਵਿੱਚ ਸੀਡ ਜੋ ਪਹਿਲਾਂ ਪਾਣੀ ਦੇਣਾ ਹੈ 21 ਦਿਨਾਂ ਦੇ ਅੰਦਰ ਦੇਣਾ, ਜਦੋਂ ਆਪਾਂ ਸੀਡ ਨੂੰ ਟਰੀਟਮੈਂਟ ਕਰਕੇ ਹੀ ਬੀਜਣਾ ਹੈ, ਤੁਸੀਂ ਟੇਬੂਕਨਾਜ਼ੋਲ 2% DSR ਜਾਂ ਫਿਰ ਬਾਜ਼ਾਰ ਦੇ ਵਿੱਚ ਹੋਰ ਬਹੁਤ ਸਾਰੇ ਫੰਗੀਸਾਈਡ ਅਵੇਲੇਬਲ ਹਨ, ਤੁਸੀਂ ਉੱਥੋਂ ਲੈ ਕੇ ਬਾਜ਼ਾਰ ਦੇ ਵਿੱਚੋਂ ਆਪਣਾ ਸੀਡ ਚੰਗੀ ਤਰ੍ਹਾਂ ਜਿੱਥੋਂ ਵੀ ਤੁਹਾਨੂੰ ਸੀਡ ਮਿਲਦਾ ਚੰਗੀ ਤਰ੍ਹਾਂ ਸੀਡ ਉਸਨੂੰ ਟਰੀਟਡ ਕਰਕੇ ਖੇਤ ਦੇ ਵਿੱਚ ਬੀਜਿਆ ਜਾਵੇ, ਕਿਉਂਕਿ ਕਿਸੇ ਤਰ੍ਹਾਂ ਦੀ ਇਸ 'ਤੇ ਫੰਗੀਸਾਈਡ ਦਾ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਇੱਲੀ ਕਹਿ ਦੀ ਆਪਾਂ ਸੁੰਡੀ ਦਾ ਪ੍ਰਕੋਪ ਉੱਪਰ ਨਾ ਹੋਵੇ। ਅਤੇ ਦੋਸਤੋ ਅੱਜ ਵਾਸਤੇ ਸਿਰਫ ਇੰਨਾ ਹੀ ਮੈਂ ਤੁਹਾਡੇ ਅੱਗੇ ਕਹਿਣਾ, ਮੇਰਾ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਕਿ ਤੁਸੀਂ ਆਹ ਜਿਹੜੇ ਮੇਰੇ ਕੋਲ ਬਿੱਲ ਦੇਖ ਰਹੇ ਹੋ, ਟੈਗ ਦੇਖ ਰਹੇ ਹੋ, ਇਹ ਆਪਣੇ ਬਰੀਡਰ ਸੀਡ ਦੇ ਨੇ। ਅੱਜ ਵੀ ਤੁਸੀਂ ਇਹ ਵੀਡੀਓ ਰਿਕਾਰਡ ਕਰਕੇ ਰੱਖ ਲਿਓ, ਔਰ ਅੱਗੇ ਵਾਸਤੇ ਵੀ ਜਿਹਦੇ ਕੋਲ ਵੀ ਤੁਸੀਂ ਜਾਣਾ, ਪਹਿਲੀ ਗੱਲ ਤਾਂ ਇਹ ਬਰੀਡਰ ਸੀਡ ਜੇ ਤੁਹਾਨੂੰ ਉਹ ਦੇ ਰਿਹਾ ਫਾਊਂਡੇਸ਼ਨ ਸੀਡ ਵਾਸਤੇ, ਤਾਂ ਉਸ ਦੇ ਵਿੱਚ ਆਹ ਚੀਜ਼ਾਂ ਤਿਆਰ ਹੋਣੀਆਂ ਜ਼ਰੂਰੀ ਨੇ। ਰਤੀਆ ਸੁਪਰ ਸੀਡ ਦੇ ਨਾਂ 'ਤੇ ਆਪਣੀ ਫਰਮ ਹੈ ਜੀ। ਟੋਟਲ ਇਸ ਦੇ ਵਿੱਚ ਤੁਹਾਨੂੰ ਜਿਹੜੀ ਬਾਇਓਡਾਟਾ ਨੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਮੈਂ ਤੁਹਾਨੂੰ ਉਹ ਦਿੰਦਾ ਰਹੂੰਗਾ। ਪਿੱਛੇ ਜਿਹੜੇ ਆਪਣੇ HDMOU ਕਰਵਾਈ ਹੋਈ ਸੀ, HD 33-86, PBW 872, PBW 872, ਜਾਂ ਫਿਰ ਅੱਗੇ ਜਿਹੜੀਆਂ ਆਪਾਂ ਵਰਾਇਟੀਆਂ ਆਉਣ ਵਾਲੀਆਂ ਨੇ ਉਸ ਦੇ ਥੋੜ੍ਹੇ ਥੋੜ੍ਹੇ ਆਪਾਂ ਨੂੰ ਟ੍ਰਾਇਲ ਮਿਲੇ ਹੋਏ ਨੇ, ਉਹ ਆਪਾਂ ਪਿੱਛੇ ਦੇ ਰੱਖੇ ਨੇ। HD 29-67 ਉਹ ਵੀ ਆਪਾਂ ਨੂੰ ਬਰੀਡਰ ਸੀਡ ਮਿਲਿਆ ਹੋਇਆ, HD 28-51 ਉਹ ਵੀ ਆਪਣੇ ਕੋਲ ਬਰੀਡਰ ਸੀਡ ਹੈ। ਕਿਸਾਨ ਦੋਸਤੋ ਜਿਹਦੇ ਕੋਲ ਵੀ ਜਾਣੇ ਆ, ਤੁਸੀਂ ਉਸ ਦਾ ਲਾਈਸੈਂਸਿੰਗ ਦੇਖੋ, ਸਰਟੀਫਿਕੇਟ ਦੇਖੋ, ਆਪਣੇ ਥੋੜ੍ਹਾ ਮੋਟਾ ਆਟੋਮੈਟਿਕਲੀ ਤੁਸੀਂ ਜਾਗਰੂਕ ਹੋ ਕੇ, ਐਵੇਂ ਨਹੀਂ ਅੱਖਾਂ ਬੰਦ ਕਰਕੇ ਆਪਾਂ ਮੂੰਹ ਜ਼ਬਾਨੀ ਚੱਕ ਕੇ ਵੀ ਹਰੇਕ ਪਾਸੋਂ ਸੀਡ ਲੈ ਕੇ ਆਪਾਂ ਖੇਤ ਦੇ ਵਿੱਚ ਬਿਜਾਈ ਕਰ ਲੈਣਾ। ਉਹਦੀ ਸ਼ਿਓਰਟੀ ਕੀ ਹੈ, ਪਿਓਰਟੀ ਕੀ ਹੈ ਉਸ ਦੇ ਪਿੱਛੇ, ਇਹ ਤੁਸੀਂ ਜ਼ਰੂਰ ਸੁਣਦੇ ਰਹੋ। ਠੀਕ ਹੈ, ਧੰਨਵਾਦ ਕਿਸਾਨ ਦੋਸਤੋ, ਮਿਹਰਬਾਨੀ। ਅੱਗੇ ਤੁਹਾਡੇ ਨਾਲ ਆਪਾਂ ਇੱਕ ਵੀਡੀਓ ਹੋਰ ਪਾਉਂਦੇ ਪਾਵਾਂਗੇ, 33-85 ਦੀ ਹੈ ਉਹ ਪਾਵਾਂਗੇ, 872 ਦੀ ਹੈ ਤੁਹਾਨੂੰ ਉਹ ਪਾਵਾਂਗੇ। ਤਾਂ ਮਿਹਰਬਾਨੀ ਕਿਸਾਨ ਦੋਸਤੋ, ਅੱਜ ਆਪਾਂ ਇਸ ਦੀ ਬਿਜਾਈ ਕਰਨ ਲੱਗੇ ਹਾਂ, ਤਾਂ ਕਿਸ ਤਰ੍ਹਾਂ ਕਿੰਨੇ ਦਿਨਾਂ ਬਾਅਦ ਇਹ ਬਾਹਰ ਹੁੰਦੀ ਹੈ, ਕਿੰਨਾ ਪੈਦਾਵਾਰ ਦਊਗੀ, ਕਿੰਨੇ ਪਾਣੀ ਦਿਆਂਗੇ, ਆਪਾਂ ਨੂੰ ਸਾਰੀ ਡਿਟੇਲ ਤੁਹਾਨੂੰ ਪਹੁੰਚਾਉਂਦੇ ਰਹਾਂਗੇ। ਮਿਹਰਬਾਨੀ, ਸ਼ੁਕਰੀਆ।